कर हर काया जो तू कर हर काया तावे दे दिस जाए तावे दे दिस जाए लोभी जंत न जानई लोभी जंत न जानई पख अपख सब खाए पख अपख सब खाए उन्हें नहीं विचारना लोभी ने कि ए तन सही तरीके दा है ए तन नेक कमाई दा है आ कम ठीक है मेरे गुरमत अनुसार है लोभी मनुख कहिंदे जिथों आंदा है आण दे ਭਾਵੇਂ ਕਿਸੇ ਦਾ ਨੁਕਸਾਨ ਹੁੰਦਾ ਹੋਣ ਦੇ ਮੇਰਾ ਭਰਨਾ ਚਾਹੀਦਾ ਕੋਈ ਮਰਦਾ ਮਰੀ ਜਾਵੇ ਮੇਰਾ ਖਜ਼ਾਨਾ ਭਰਨਾ ਚਾਹੀਦਾ ਕਹਿੰਦੇ ਲੋਭੀ ਜੰਤ ਨਾ ਜਾਣੇ ਉਹ ਕੀ ਜਾਣੇ ਪੱਖ ਅਪੱਖ ਖਾਏ ਕਹਿੰਦੇ ਜੋ ਉਹਨੂੰ ਮਿਲ ਜਾਂਦਾ ਜਿੱਥੋਂ ਮਿਲ ਜਾਂਦਾ ਬਸ ਮੂੰਹ ਮਾਰੀ ਜਾਂਦਾ ਉਹ ਵਿਚਾਰ ਲਿਆ ਕਰੋ ਵਿਚਾਰ ਲਿਆ ਕਰੋ ਕੰਮ ਕਰਨ ਤੋਂ ਪਹਿਲਾਂ ਮੈਂ ਕਈ ਵਾਰੀ ਤੁਹਾਡੇ ਚਰਨਾਂ 'ਚ ਅਰਜ਼ ਕੀਤੀ ਜੇ ਨੇਕ ਕਮਾਈ ਦਾ ਧਨ ਘਰ ਆਏਗਾ ਘਰ ਦੇ ਵਿੱਚ ਵੀ ਬਰਕਤਾਂ ਰਹਿਣਗੀਆਂ ਬਰਕਤਾਂ ਨੇਕ ਕਮਾਈ ਦਾ ਧਨ ਘਰ ਆਏਗਾ ਬੱਚਿਆਂ ਦੀ ਬੁੱਧੀਆਂ ਵੀ ਸਹੀ ਰਹਿਣਗੀਆਂ ਅੱਜ ਤਕਰੀਬਨ ਬੱਚਿਆਂ ਦੀ ਬੁੱਧੀਆਂ ਮਲੀਨ ਹੋ ਰਹੀਆਂ ਕਿਉਂ ਦੱਸੋ ਕਿਉਂ ਮਲੀਨ ਅੰਨ ਖਾ ਖਾ ਕੇ ਮਲੀਨ ਕੰਮ ਚੋਂ ਉਹ ਅੰਨ ਆਇਆ ਮਲੀਨ ਕੰਮ ਚੋਂ ਉਹ ਅੰਨ ਆਇਆ ਉਹ ਅੰਨ ਨੇ ਬੱਚਿਆਂ ਦੀ ਬੁੱਧੀ ਮਲੀਨ ਕਰਤੀ ਸੱਚਾਈ ਜੇ ਅੰਨ ਦਾ ਮਨ ਦੇ ਉੱਪਰ ਬੜਾ ਅਸਰ ਪੈਂਦਾ ਜੀ ਬੜਾ ਅਸਰ ਇਹਨੂੰ ਕੋਈ ਮੰਨੇ ਕੋਈ ਨਾ ਮੰਨੇ ਪਰ ਸੱਚ ਹੈ ਸੱਚ ਸੱਚ ਜਿਹਦੇ ਘਰ ਨੇਕ ਕਮਾਈ ਆ ਰਹੀ ਉਹ ਘਰ ਤੁਸੀਂ ਝਾਤੀ ਮਾਰ ਚਲੋ ਤੁਸੀਂ ਉਹ ਘਰ ਲੱਭੋ ਜਿੱਥੇ ਨੇਕ ਕਮਾਈ ਆਉਂਦੀ ਉਹਨਾਂ ਬੱਚਿਆਂ ਦੀ ਬੁੱਧੀ ਬਿਲਕੁਲ ਠੀਕ ਹੋਏਗੀ ਜੀ ਆਖੋ ਸਤਨਾਮ ਬਿਲਕੁਲ ਠੀਕ ਹੋਏਗੀ ਔਰ ਜਿਹਦੇ ਘਰ ਗਲਤ ਤਰੀਕੇ ਦੀ ਮਾਇਆ ਆ ਰਹੀ ਗਲਤ ਤਰੀਕੇ ਮੇਰਾ ਖਜ਼ਾਨਾ ਭਰਨਾ ਚਾਹੀਦਾ ਉਹਦਾ ਬੇੜਾ ਗਰਕ ਹੁੰਦਾ ਹੋ ਹੀ ਜਾਵੇ ਆਖੋ ਸਤਨਾਮ ਉਹ ਭਾਵੇਂ ਬਰਬਾਦ ਹੁੰਦਾ ਹੋ ਹੀ ਜਾਵੇ ਮੇਰਾ ਕੰਮ ਹੋਣਾ ਚਾਹੀਦਾ ਗਲਤ ਕਮਾਈ ਦਾ ਜਿਹੜਾ ਪੈਸਾ ਉਹ ਫਿਰ ਗਲਤ ਪਾਸੇ ਹੀ ਨਿਕਲੇ ਔਰ ਨਿਕਲੇਗਾ ਵੀ ਦੁਖਦਾਈ ਹੋ ਕੇ ਤਕਲੀਫ ਦੇ ਕੇ ਨਿਕਲੇਗਾ ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿ ਰਿਹਾ ਜੇ ਬਿਲਕੁਲ ਸੱਚ ਸਾਹਿਬ ਕਹਿੰਦੇ ਜਿਉਂ ਜਾਂ ਤੇਰਾ ਕੰਮ ਹੋਏਗਾ ਨਾ ਕੰਮ ਜੇ ਨੇਕ ਕਮਾਈ ਦਾ ਪੈਸਾ ਆਇਆ ਤੇ ਟਿੱਕਿਆ ਰਹੇਗਾ ਜੇ ਨਹੀਂ ਨੇਕ ਕਮਾਈ ਦਾ ਨਾ ਦੂਜੇ ਤੀਜੇ ਪਾਸੇ ਵਕੀਲਾਂ ਪਾਸੇ ਡਾਕਟਰਾਂ ਪਾਸੇ ਨਿਕਲੇਗਾ ਤੇ ਦੁਖਾ ਕੇ ਨਿਕਲੇਗਾ ਦੁਖਾ ਕੇ ਆਖੋ ਸਤਨਾਮ ਦੁਖਾ ਕੀ ਕਵਾਂਗੇ ਮੈਨੂੰ ਕਿਸੇ ਨੇ ਗੱਲ ਸੁਣਾਈ ਕਹਿੰਦੇ ਇੱਕ ਡਾਕਟਰ ਹੈਂਜੀ ਉਹਦੇ ਹੱਥ ਦੇ ਵਿੱਚ ਸਫਾ ਸੀ ਓਪਰੇਸ਼ਨ ਦਾ ਉਹਨੇ ਬੜਾ ਹੀ ਸਾਧ ਸੰਗਤ ਲੋਕਾਂ ਨੂੰ ਲੁੱਟਿਆ ਬੜਾ ਹੀ ਲੁੱਟਿਆ ਬੜੇ ਗਰੀਬ ਬੰਦਿਆਂ ਨੂੰ ਉਹਨੇ ਰਵਾਇਆ ਸਫਾ ਸੀ ਉਹਦੇ ਹੱਥ ਪਰ ਉਹਨੇ ਉਸ ਚੀਜ਼ ਦਾ ਸਹੀ ਲਾਭ ਨਹੀਂ ਲਿਆ ਸਹੀ ਲਾਭ ਬੜਾ ਉਹਨੇ ਲੋਕਾਂ ਨੂੰ ਰਵਾਇਆ ਬੜਾ ਸਾ ਕੋਈ ਲਿਹਾਜ ਨਹੀਂ ਕਿਸੇ ਕੁਝ ਦਸ ਛੋਟੀ ਗੱਲ ਕਰੇ ਜਾਇਜ਼ ਨਜਾਇਜ਼ ਤਰੀਕੇ ਦੇ ਨਾਲ ਉਹਨੇ ਪੈਸਾ ਇਕੱਠਾ ਕੀਤਾ ਇੱਕੋ ਇੱਕ ਬੱਚਾ ਉਹਦਾ ਧਿਆਨ ਦੇਣਾ ਇੱਕੋ ਇੱਕ ਬੱਚਾ ਕੀ ਹੋਇਆ ਕਹਿੰਦੇ ਭਰੀ ਜਵਾਨੀ ਦੇ ਵਿੱਚ ਉਹਨੂੰ ਲਕਵਾ ਮਾਰ ਗਿਆ ਆਖੋ ਸਤਨਾਮ ਐਸਾ ਪੈਰਾਲਾਈਸਿਸ ਦਾ ਅਟੈਕ ਹੋਇਆ ਪੂਰਾ ਦਾ ਪੂਰਾ ਪਾਸਾ ਮਾਰਿਆ ਗਿਆ ਉਹ ਬੱਚੇ ਨੂੰ ਜ਼ਬਾਨ ਤੋਂ ਵੀ ਗਿਆ ਬੱਚਾ ਹੱਥ ਤੋਂ ਵੀ ਗਿਆ ਪੈਰ ਤੋਂ ਵੀ ਗਿਆ ਹੌਲੀ ਹੌਲੀ ਦੂਜੇ ਪਾਸੇ ਅਟੈਕ ਆਇਆ ਉੱਥੋਂ ਵੀ ਗਿਆ ਮੰਜੇ 'ਤੇ ਪਿਆ ਹੋਇਆ ਲਾ ਹੁਣ ਪੈਸਾ ਲਾ ਉਸ ਬੱਚੇ 'ਤੇ ਪੈਸਾ ਉਹ ਲੱਖਾਂ ਰੁਪਏ ਕਰੋੜਾਂ ਰੁਪਏ ਉਹਨੂੰ ਬਾਹਰ ਤੱਕ ਡਾਕਟਰ
ਲੈ ਕੇ ਗਿਆ ਪਰ ਹੱਥ ਖੜੇ ਹੋ ਗਏ ਜੀ ਇਹ ਰਾਜੀ ਨਹੀਂ ਹੋ ਸਕਦਾ ਆਖੋ ਸਤਨਾਮ ਤੂੰ ਦੁਖਾ ਦੁਖਾ ਕੇ ਪੈਸਾ ਇਕੱਠਾ ਕੀਤਾ ਦੁਖਾ ਦੁਖਾ ਕੇ ਪੈਸਾ ਇਕੱਠਾ ਕੀਤਾ ਲੋਕਾਂ ਦਾ ਹਿਰਦਾ ਦੁਖਾ ਦੁਖਾ ਤੇ ਜਦੋਂ ਇਹ ਪੈਸਾ ਨਿਕਲ ਰਿਹਾ ਤੇ ਤੇਰੀਆਂ ਆਂਦਰਾਂ ਵੀ ਰਵਾ ਕੇ ਨਿਕਲਦਾ ਪਿਆ ਰਵਾ ਕੇ ਰੇ ਮਨ ਲੋਭੀ ਸੁਣ ਮਨ ਮੇਰੇ ਸੁਣ ਸੁਣ ਕਿੱਥੇ ਫਸ ਗਿਆ ਐਡਾ ਲਾਲਚ ਐਡਾ ਲਾਲਚ ਅੱਜ ਸਿਰ ਤੇ ਚੜਿਆ ਸਾਧ ਸੰਗਤ ਸਾਡੇ ਸਾਹਿਬ ਕਹਿੰਦੇ ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ ਪੱਖ ਅਪੱਖ ਸਭ ਖਾਏ ਜੋ ਮਿਲ ਜਾਵੇ ਇਹਨੂੰ ਚੰਗਾ ਆ ਖਾ ਲੇਗਾ ਮਾੜਾ ਤਾਂ ਖਾ ਗਲਪ ਚ ਕਰਦਾ ਹੈ ਬਸ ਆ ਮਨ ਨੂੰ ਗਿਆਨ ਦਈਏ ਸੰਗਤ ਵਿੱਚ ਬੈਠੇ ਆ ਖਬਰੇ ਪਤਾ ਨਹੀਂ ਤੁਹਾਡੀਆਂ ਬਖਸ਼ੀਆਂ ਰੂਹਾਂ ਦੇ ਵਿੱਚੋਂ ਕਿਹੜੀ ਬਖਸ਼ੀ ਰੂਹ ਦੇ ਸਦਕਾ ਵਾਈਬ੍ਰੇਸ਼ਨ ਹੁੰਦੀਆਂ ਨਾ ਵਾਈਬ੍ਰੇਸ਼ਨ ਹੁੰਦੀਆਂ ਆ ਮੇਰਾ ਲੋਭੀ ਮਨ ਵੀ ਕਿਧਰੇ ਟਿਕਾਣੇ ਤੇ ਆ ਜਾਵੇ ਆਖੋ ਸਤਨਾਮ ਰੇ ਮਨ ਲੋਭੀ ਸੁਣ ਮਨ ਮੇਰੇ ਰੇ ਮਨ ਲੋਭੀ ਸੁਣ ਮਨ ਮੇਰੇ ਰੇ ਮਨ ਲੋਭੀ